ਹਾਈ ਫਰੈਂਡਸ ਵੈਲਕਮ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ ਜੌਬ ਵੈਕੈਂਸੀ ਅਪਡੇਟਸ ਤੇ ਉਤੇ ਅੱਜ ਦੀ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਤੁਹਾਨੂੰ ਪਤਾ ਹੈ 2022 ਸਾਲ ਜਿਹੜਾ ਉਹ ਆ ਹੀ ਰਿਹਾ ਹੁਣ ਆਪਾਂ ਗੱਲ ਕਰਾਂਗੇ ਲੇਟੈਸਟ ਵੈਕੈਂਸੀਜ਼ 2022 ਦੀਆਂ ਉਹ ਵੀ ਰੇਲਵੇ ਦੀਆਂ ਜਿਦੇ ਵਿੱਚ ਪੰਜਾਬ ਦੇ ਲਈ ਪੰਜਾਬ ਜੋਬ ਲੋਕੇਸ਼ਨ ਹੀ ਰਹਿੰਦੀ ਹੈ ਪੰਜਾਬ ਦੇ ਵਿੱਚ ਚਾਹੇ ਤੁਸੀਂ ਕਿਸੇ ਵੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਆ ਇਨ੍ਹਾਂ ਵੈਕੈਂਸੀਜ਼ ਵਾਸਤੇ ਐਲੀਜੀਬਲ ਹੁੰਦੇ ਆ ਅਪਲਾਈ ਕਰ ਸਕਦੇ ਆ ਮੁੰਡੇ ਅਤੇ ਕੁੜੀਆਂ ਦੋਨੋਂ ਇਲੀਜੀਬਲ ਰਹਿੰਦੇ ਆ ਦੋਨੋਂ ਅਪਲਾਈ ਕਰ ਸਕਦੇ ਆ ਖਾਸ ਤੌਰ ਤੇ ਇਹ ਜਿਹੜੀ ਜੌਬ ਹੈ ਪਰਮਾਨੈਂਟ ਤੁਹਾਡੀ ਜੌਬ ਰਹਿੰਦੀ ਹੈ ਜਿਦੇ ਵਿੱਚ ਤੁਹਾਨੂੰ ਸੈਲਰੀ ਦੇ ਨਾਲ-ਨਾਲ ਬਹੁਤ ਸਾਰੇ ਅਲੱਗ-ਅਲੱਗ ਬੈਨੀਫਿਟ ਜਿਹੜੇ ਆ ਉਹ ਇੰਡੀਅਨ ਡੀਲਿਵਰੀ ਦੇ ਵੱਲੋਂ ਪ੍ਰੋਵਾਈਡ ਕੀਤੇ ਹੀ ਜਾਂਦੇ ਆ ਉਸ ਤੋਂ ਬਾਅਦ ਜੇ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ ਇਹਦੇ ਵਿੱਚ ਹਰ ਇੱਕ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਵੈਕੈਂਸੀਸ ਹੁੰਦੀਆਂ ਹਰ ਕੋਈ ਅਪਲਾਈ ਕਰ ਸਕਦਾ ਆ ਜਿਵੇਂ 10ਵੀਂ ਪਾਸ 12ਵੀਂ ਗ੍ਰੈਜੂਏਟ ਹਰ ਕੋਈ ਇਹਦੇ ਵਿੱਚ ਐਲੀਜੀਬਲ ਹੈ ਅਪਲਾਈ ਕਰ ਸਕਦਾ ਆ ਨੰਬਰ ਉਹ ਵੈਕੈਂਸੀਸ ਜਿਹੜੀਆਂ ਉਹ ਘਟਵਾਦ ਹੁੰਦੀ ਹੀ ਰਹਿੰਦੀਆਂ ਆ ਜਿਹੜੀਆਂ ਅਰਾਊਂਡ ਤੁਹਾਡੀ ਵੈਕੈਂਸੀਸ ਆ 9320+ ਵੈਕੈਂਸੀਸ ਦੇ ਨੀਅਰ ਅਬਾਊ ਅੱਧਿਆ ਵੈਕੈਂਸੀ ਜਿਹੜੀਆਂ ਉਹ ਪੰਜਾਬ ਦੇ ਲਈ ਇਹਨਾਂ ਨੇ ਜਿਹੜੀਆਂ ਉਹ ਰਿਜ਼ਰਵਡ ਰੱਖਿਆ ਹੁੰਦੀਆਂ ਆ ਅਲੱਗ-ਅਲੱਗ ਕੈਟਾਗਰੀ ਵਾਈਜ਼ ਸੋ ਇਹ ਕਿਹੜੇ ਡਿਪਾਰਟਮੈਂਟ ਦੇ ਵੱਲੋਂ ਨੋਟੀਫਿਕੇਸ਼ਨ ਹੈ ਕਿਵੇਂ ਤੁਸੀਂ ਇਹਦੇ ਵਾਸਤੇ ਐਲੀਜੀਬਲ ਹੁੰਦੇ ਹੋ ਕੱਤ ਤੱਕ ਕੱਤ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਸਾਰਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਣਾ ਆ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ 'ਤੇ ਮਿਲ ਜਾਏਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਸਬਜੈਕਟ ਤੋਂ ਇਲਾਵਾ ਕਾਫੀ ਸਾਰੇ ਨਵੇਂ ਡਿਪਾਰਟਮੈਂਟ ਹੈ ਜਿਨ੍ਹਾਂ ਦੀਆਂ ਵੈਕੈਂਸੀਜ਼ ਆਲਰੇਡੀ ਰਿਲੀਜ਼ ਕਰ ਦਿੱਤੀਆਂ ਗਈਆਂ ਹਨ ਚੈਨਲ ਤੇ ਵੀਡੀਓਜ਼ ਅਪਲੋਡਡ ਹੈ ਉਥੇ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਕੇ ਅਪਲਾਈ ਕਰ ਸਕਦੇ ਆ ਜਿਆਦਾ ਟਾਈਮ ਨਾ ਲੈਂਦੇ ਆ ਹੁਣ ਆਪਾਂ ਗੱਲ ਕਰਾਂਗੇ ਰੇਲਵੇ ਦੀ ਆਈ ਹੋਈ ਜਿਹੜੀ 2022 ਦੀ ਲੇਟੈਸਟ ਵੈਕੈਂਸੀਸ ਦੇ ਬਾਰੇ ਵਿੱਚ ਉਹਦੇ ਲਈ ਚੱਲਦੇ ਆਫੀਸ਼ੀਅਲ ਅਪਡੇਟ ਦੇ ਉੱਤੇ ਆਪਾਂ ਆ ਚੁੱਕੇ ਆ ਆਪਣੀ ਆਫੀਸ਼ੀਅਲ ਅਪਡੇਟ ਦੇ ਉਤੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਸੀਂ ਚੈਨਲ ਸਟਾਰਟ ਕੀਤਾ ਹੈ ਬਹੁਤ ਹੀ ਵਧੀਆ ਰਿਸਪੌਂਸ ਆ ਰਿਹਾ ਸਾਰਿਆਂ ਨੂੰ ਬਹੁਤ ਹੀ ਵਧੀਆ ਅਪਡੇਟ ਜਿਹੜੇ ਆ ਉਹ ਲੱਗ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਇੱਥੇ ਤੁਹਾਨੂੰ ਜੌਬ ਅਪਡੇਟ ਦੇ ਨਾਲ ਨਾਲ ਕਰੀਅਰ ਗਾਈਡੈਂਸ ਵੀ ਮਿਲਦੀ ਆ ਤੇ ਨਾਲ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਨਾ ਇਹਨਾਂ ਤੁਹਾਨੂੰ ਹਰ ਇੱਕ ਅਪਡੇਟ ਟਾਈਮ ਤੇ ਮਿਲ ਜੇਗਾ ਹੁਣ ਆਪਾਂ ਗੱਲ ਕਰ ਰਹੇ ਹਾਂ ਰੇਲਵੇ ਦੇ ਲੇਟੈਸਟ ਅਪਡੇਟ ਦੇ ਬਾਰੇ ਜਿਵੇਂ ਤੁਹਾਨੂੰ ਮੈਂ ਸਟਾਰਟਿੰਗ 'ਚ ਦੱਸਿਆ ਸੀ ਜਿਹੜੀ 10ਵੀਂ ਪਾਸ ਵਾਲੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਈਵਨ 12th ਅਤੇ ਗ੍ਰੈਜੂਏਟ ਦੋਨੋਂ ਕੈਂਡੀਡੇਟ ਇਹਦੇ ਲਈ ਐਲੀਜੀਬਲ ਹੁੰਦੇ ਆ ਅਪਲਾਈ ਕਰ ਸਕਦੇ ਆ ਹੁਣ ਗੱਲ ਕਰਦੇ ਆ ਕੌਣ ਕੌਣ ਇਹਦੇ ਵਾਸਤੇ ਐਲੀਜੀਬਲ ਹੈ ਤਾਂ ਫਰੈਸ਼ਸ ਕੈਂਡੀਡੇਟ ਐਲੀਜੀਬਲ ਹੈ ਅਪਲਾਈ ਕਰ ਸਕਦੇ ਆ ਮੇਲ ਫੀਮੇਲ ਦੋਨੋਂ ਸਿਲੈਕਸ਼ਨ ਪ੍ਰੋਸੀਜਰ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਜਿਹੜੀ ਆ ਤੁਹਾਡੇ ਤਿੰਨ ਸਟੇਜਸ ਸਿਲੈਕਸ਼ਨ ਲੈਂਦੀ ਆ ਸਭ ਤੋਂ ਪਹਿਲਾ ਸਟੈਪ ਉਹਦਾ ਤੁਹਾਡਾ CBT ਇਗਜ਼ਾਮ ਹੈ ਜੋ ਕੰਪਿਊਟਰ ਬੇਸਡ ਇਗਜ਼ਾਮ ਹੁੰਦਾ ਜਿਹੜਾ ਕਿ ਆਨਲਾਈਨ ਹੁੰਦਾ ਆ ਉਸ ਤੋਂ ਬਾਅਦ ਹੁੰਦਾ ਫਿਜ਼ੀਕਲ ਟੈਸਟ ਮੈਡੀਕਲ ਅਗਰ ਤੁਸੀਂ ਤਿੰਨੋਂ ਚੀਜ਼ਾਂ ਜਿਹੜੀਆਂ ਉਹ ਕੁਆਲੀਫਾਈ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਲਾਸਟ ਸਟੈਪ ਰਹਿੰਦਾ ਉਹ ਰਹਿੰਦਾ ਡਾਕੂਮੈਂਟ ਵੈਰੀਫਿਕੇਸ਼ਨ ਉਸ ਤੋਂ ਬਾਅਦ ਤੁਹਾਡੇ ਇਹਦੇ ਵਿੱਚ ਜਿਹੜੀ ਪੋਸਟਿੰਗ ਹੁੰਦੀ ਆ ਅਲੱਗ-ਅਲੱਗ ਲੋਕੇਸ਼ਨ ਦੇ ਵਿੱਚ ਐਪਲੀਕੇਸ਼ਨ ਪ੍ਰੋਸੀਜਰ ਦੀ ਗੱਲ ਕਰੀਏ ਸਿਰਫ ਆਨਲਾਈਨ ਇਹਦੇ ਵਿੱਚ ਅਪਲਾਈ ਕਰ ਸਕਦੇ ਹੁੰਦੇ ਆ ਨੈਕਸਟ ਅਗਰ ਅਸੀਂ ਗੱਲ ਕਰੀਏ ਇਗਜ਼ਾਮ ਪੈਟਰਨ ਦੀ 120 ਕੁਐਸਚਨ ਰਹਿੰਦੇ जैंता है उस तो बाद एग्जाम पैटर्न की आपको गल करिए सबजैक्ट या टॉपिक की गल करिए मैथ्स और अर्थमैटिक पैंती क्वेश्चन पैंती मार्क्स से रीजनिंग जनरल इंटैलीजेंस के पैंती क्वेश्चन पैंती मार्क्स से ਜਨਰਲ ਨੌਲੇਜ ਅਵੇਰਨਸ ਨਾਲ ਰਿਲੇਟਿਡ ਆ ਉਹ 35 ਕੁਐਸਚਨ ਜਿਹੜੇ ਆ ਉਹ 35 ਮਾਰਕਸ ਦੇ ਤੁਹਾਡੇ ਜਿਹੜੇ ਰੈਨ ਆ ਲਿਆ ਸੋ ਇਹ 120 ਕੁਐਸਚਨਸ ਰਹਿੰਦੇ ਆ ਉਸ ਤੋਂ ਬਾਅਦ ਸਿਲੇਬਸ ਸਾਰਾ ਇੱਥੇ ਮੈਂਸ਼ਨ ਵੀ ਕੀਤਾ ਹੋਇਆ ਹੈ ਤੁਸੀਂ ਚੈੱਕ ਵੀ ਕਰ ਲੈਣਾ ਜਿਵੇਂ ਕਿ ਅਰਥਮੈਟਿਕ ਦਾ ਹੋ ਗਿਆ ਜਨਰਲ ਅਵੇਰਨਸ ਆ ਇਤੋਂ ਪਹਿਲਾਂ ਜਿਹੜਾ ਰੇਲਵੇ ਗਰੁੱਪ ਡੀ ਦੀ ਵੈਕੈਂਸੀਸ ਆਈਆਂ ਸੀ ਸਾਰਾ ਸਿਲੇਬਸ ਤੁਹਾਡਾ ਇਹਦੇ ਵਿੱਚ ਸੇਮ ਰਹਿੰਦਾ ਆ ਇਹ ਜਿਹੜੀ ਵੈਕੈਂਸੀਸ ਹੈ ਇੰਡੀਅਨ ਰੇਲਵੇ ਵੱਲੋਂ ਆਰਪੀਐਫ ਮੀਨਸ ਰੇਲਵੇ ਪ੍ਰੋਟੈਕਸ਼ਨ ਫੋਰਸ ਜਿਹੜੀ ਵੈਕੈਂਸੀਸ ਆਊਟ ਕੀਤੀਆਂ ਜਾਂਦੇ ਆਂ ਆਲਮੋਸਟ 3 ਸਾਲ ਹੋ ਚੁੱਕਿਆ ਵੈਕੈਂਸੀਸ ਨਹੀਂ ਆਈਆਂ ਸੀਗੀਆਂ ਹੁਣ 2022 ਦੇ ਵਿੱਚ ਚਾਂਸਸ ਪੂਰੇ ਆ ਇਹ ਵੈਕੈਂਸੀਸ ਨੂੰ ਆਨ ਦੇ ਸੋ ਇਹ ਮੈਂ ਤੁਹਾਨੂੰ ਇਸ ਲਈ ਦੱਸ ਰਹੀ ਹਾਂ ਤੁਸੀਂ ਆਪਣੀ ਜਿਹੜੀ ਤਿਆਰੀ ਉਹ ਪੂਰੀ ਰੱਖੋ ਤਾਂ ਕਿ ਇੱਕਦਮ ਵੈਕੈਂਸੀਸ ਆਣ ਕਿਉਂਕਿ 1.5 ਮਹੀਨੇ ਬਾਅਦ ਤੁਹਾਡਾ ਇਗਜ਼ਾਮ ਵੀ ਹੋ ਜਾਂਦਾ ਹੈ ਇਹਦੇ ਵਿੱਚ ਠੀਕ ਹੈ ਤਾਂ ਤੁਹਾਨੂੰ ਬਾਅਦ ਵਿੱਚ ਕੋ ਪ੍ਰੋਬਲਮ ਨਾ ਵੀ ਕੋਈ ਫੀਸ ਦੀ ਗੱਲ ਕਰੀਏ ਜਨਰਲ OBC ਵਾਸਤੇ 500 ਰੈਂਦੀਆਂ ਇਹਦੇ ਵਿੱਚ ਜਿਹੜੀ ਤੁਹਾਨੂੰ ਰਿਫੰਡੇਬਲ ਰਹਿੰਦੀ ਹੈ ਹਾਫ ਫੀਸ ਜਿਹੜੀ ਕਿ 250 ਰੁਪਏ ਹੁੰਦੀ ਹੈ ਠੀਕ ਹੈ ਔਰ 250 ਜਾਂ 400 ਰੁਪਏ ਵਾਪਸ ਹੁੰਦੇ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਦੇ ਪਤਾ ਚਲ ਜੇਗਾ ਜਦੋਂ ਆਏਗਾ ਬੈਂਕ ਚਾਰजेस ਕੱਟਣ ਤੋਂ ਬਾਅਦ ਜਿੰਨੇ ਵੀ ਹੁੰਦੇ ਤੁਹਾਨੂੰ ਵਾਪਸ ਹੁੰਦੇ ਐਸਸੀਐਸਟੀ ਫੀਮੇਲ ਐਂਡ ਅਦਰਸ ਵਾਸੇ 250 ਫੀਸ ਹੁੰਦੀ ਆ ਇਹ ਵੀ ਤੁਹਾਨੂੰ ਕੁਝ ਪਰਸੈਂਟੇਜ ਫੰਡੇਬਲ ਰਹਿੰਦੇ ਆ ਵੈਕੈਂਸੀਜ਼ ਦੀ ਗੱਲ ਕਰੀਏ ਏਐਸਆਈ ਕੌਨਸਟੇਬਲ ਤੇ ਆ ਹੁੰਦੇ ਆ ਇਹਦੇ ਵਿੱਚ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਜਿਹਦਾ ਦੱਸਿਆ ਇਹਦੇ ਵਿੱਚ ਹਜੇ ਨੋਟੀਫਿਕੇਸ਼ਨ ਆਇਆ ਨਹੀਂ ਹੈਗਾ 2022 ਦੇ ਵਿੱਚ ਪੂਰੇ ਚਾਂਸਸ ਹੈ ਇਸ ਨੋਟੀਫਿਕੇਸ਼ਨ ਨੂੰ ਆਨ ਦੇ ਜਦੋਂ ਵੀ ਆਊਗਾ ਮੈਂ ਤੁਹਾਡੇ ਵਾਸਤੇ ਉਦੋਂ ਵੀ ਅਪਡੇਟ ਲੈ ਕੇ ਆਵਾਂਗੀ ਫਿਰ ਹਾਲ ਤੁਸੀਂ ਆਪਣੀ ਤਿਆਰੀ ਜੜੀ ਉਹ ਪੂਰੀ ਰੱਖ ਸਕਦੇ ਆ ਖਾਸ ਤੌਰ ਤੇ ਅਗਰ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦੇ ਲਈ ਅਪਲਾਈ ਕੀਤਾ ਸੀਗਾ ਤੁਹਾਨੂੰ ਪਤਾ ਉਹਦੇ ਲਈ ਫੇਰ ਵੀ ਪਲੱਸ 2 ਪਾਸ ਐਲੀਜੀਬਲ ਹੁੰਦੇ ਆ ਇਹਦੇ ਲਈ ਤਾਂ ਫੇਰ ਵੀ 10th ਪਾਸ ਐਲੀਜੀਬਲ ਨੇ ਸੋ ਫਿਜ਼ੀਕਲ ਦੀ ਤਿਆਰੀ ਔਰ ਐਗਜ਼ਾਮ ਦੀ ਤਿਆਰੀ ਤੁਸੀਂ ਉਦੋਂ ਵੀ ਕੀਤੀ ਹੋਊਂਗੇ ਤਾਂ ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਐ ਅਗਰ ਕਿਸੇ ਕਾਰਨ ਕਰਕੇ ਤੁਸੀਂ ਉਦੋਂ ਰਿਟਰਨ 'ਚ ਰਹੇ ਸੀ ਤਾਂ ਹੁਣ ਤੁਸੀਂ ਤੁਹਾਡੇ ਕੋਲ ਫੇਰ ਮੌਕਾ ਹੈ ਤੁਸੀਂ ਆਪਣੀ ਤਿਆਰੀ ਰੱਖ ਸਕਦੇ ਆ ਜਦੋਂ ਵੀ ਅਪਡੇਟ ਆਊਗਾ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗੀ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ